ਬਟਾਲਾ 'ਚ ਲਗਾਤਾਰ ਵੱਧ ਰਹੇ ਨਸ਼ੇ ਅਤੇ ਚੋਰੀਆਂ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਰਾਜਾ ਵਾਰੀਆ DSP ਸਿਟੀ ਬਟਾਲਾ ਲਲਿਤ ਕੁਮਾਰ ਨੂੰ ਮਿਲੇ। ਇਸ ਮੌਕੇ ਉਹਨਾਂ ਨੇ DSP ਨੂੰ ਦੱਸਿਆ ਕਿ ਬਟਾਲਾ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ਼ ਨਾਲ ਲੋਕ ਮਰ ਰਹੇ ਹਨ ਅਤੇ ਲਗਾਤਾਰ ਬਟਾਲਾ ਸ਼ਹਿਰ 'ਚ ਨਸ਼ਾ ਵੱਧਦਾ ਜਾ ਰਿਹਾ ਹੈ ਅਤੇ ਉਹਨਾਂ ਨੇ ਕਈ ਵਾਰ ਨਸ਼ੇ ਦੇ ਵਿਰੁੱਧ ਸ਼ਿਕਾਇਤ ਵੀ ਪੁਲਿਸ ਕੋਲ ਕੀਤੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ DSP ਲਲਿਤ ਕੁਮਾਰ ਅਤੇ ਸ਼ਿਵ ਸੈਨਾ ਆਗੂ ਰਾਜਾ ਵਾਰੀਆ ਦੀ DSP ਨਾਲ ਕਹਾ ਸੁਣੀ ਵੀ ਹੋ ਗਈ। ਇਸ ਮੌਕੇ ਸ਼ਿਵ ਸੈਨਾ ਦੇ ਆਗੂ ਰਾਜਾ ਵਾਲੀਆ ਨੇ 10 ਦਿਨਾਂ ਦਾ ਪੁਲਿਸ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਅਗਰ ਨਸ਼ਾ ਵਿਕਣੋਂ ਨਾ ਰੁਕਿਆ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ। DSP ਲਲਿਤ ਕੁਮਾਰ ਨੇ ਕਿਹਾ ਕਿ ਉਹ ਜਲਦੀ ਹੀ ਇਹ ਨਸ਼ਾ ਤਸਕਰਾਂ ਉੱਤੇ ਕਾਰਵਾਈ ਕਰਨਗੇ ਅਤੇ ਉਹਨਾਂ ਨੂੰ ਫੜਿਆ ਜਾਵੇਗਾ। ਮੈਂ ਸਰ ਤੁਹਾਨੂੰ ਸਪਸ਼ਟਲੀ ਕਿਹਾ ਚੱਲਾ ਜੇ ਮੈਂ 10 ਦਿਨ ਦਾ ਟਾਈਮ ਜੇ ਮੈਨੂੰ 10 ਦਿਨਾਂ ਜੇ ਚੋਰੀ ਨਾ ਨਾ ਦੀ ਲੱਭੀ ਮੈਂ ਬਾਅਦ ਚ ਵੇਖੋ ਤੁਸੀਂ ਮੈਨੂੰ ਆ ਕੇ ਕੋਈ ਕਹੇ ਵੀ ਨਾ ਕਰ ਜਾਂ ਨਾ ਕਰ ਮੇਰੀ ਕੋਈ ਕਿੰਤੂ ਪਰੰਤੂ ਨਹੀਂ ਹੋਣੀ। ਠੀਕ ਹੈ ਮੈਂ 10 ਦਿਨ ਦਾ ਵੇਖੋ ਪਤਾ ਗੱਲ ਕੀ ਮੈਂ ਪਹਿਲਾਂ ਵੀ 10 ਦਿਨ ਦਾ ਟਾਈਮ ਦਿੱਤਾ ਸੀ ਪਰ ਫਿਰ ਮੈਨੂੰ ਪੁਲਿਸ ਨੇ ਕਿਹਾ ਵੀ ਠਹਿਰ ਜਾ ਖਲੋ ਜਾ ਵੇਖ ਲੈ ਮੈਂ ਮਾੜਾ ਟਾਈਮ ਦੇ ਦਿਆ। ਇੱਕ ਪਾਸੇ ਪੁਲਿਸ ਕਹਿੰਦੀ ਹੈ ਕਿ ਤੁਹਾਨੂੰ ਸ਼ਿਵ ਸੈਨਾ ਨੂੰ ਖਤਰਾ ਵਾ ਆਪਾਂ ਵੇਖੋ ਤੁਹਾਡੇ ਕੋਲ 1000 ਪੁਲਿਸ ਆਉਂਦੇ ਹੋਣਗੇ ਸ਼ਿਵ ਸੈਨਾ ਵਾਲੇ ਸਾਨੂੰ ਗਨਮੈਨ ਦੇ ਦਿਓ ਮੈਨੂੰ ਇੱਕ ਬੰਦਾ ਕੋਈ ਉਂਗਲ ਖੜੀ ਕਰਕੇ ਕਹੇ ਮੈਂ ਰਾਜੇ ਨੇ ਆ ਕੇ ਗਨਮੈਨ ਪੁੱਜੇ ਆਪਾਂ ਨੂੰ ਕੋਈ ਦਿੱਕਤ ਨਹੀਂ ਜਦੋਂ ਮਰਨਾ ਤਾਂ ਮਰ ਜਾਣਾ। ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਭਾਈ ਇਸ ਵੇਲੇ ਜੇ ਸ਼ਹਿਰ ਹੋਏਗਾ ਨਾ ਬਟਾਲਾ ਆਪਾਂ ਰਾਜਨੀਤੀ ਕਰਨੀ ਆ ਜਿਹੜਾ ਹਾਲਾਤਾਂ 'ਚ ਸ਼ਹਿਰ ਵਾਲੇ ਚੱਲ ਗਿਆ ਸ਼ਹਿਰ ਰਹਿਣਾ ਨੀ ਕੋਈ ਗਲੀ ਮੈਂ ਕਹਿੰਦਾ ਕੋਈ ਅੱਜ ਇਹੋ ਜਿਹੇ ਹਾਲਾਤ ਹੋ ਗਏ ਆ ਇਹੋ ਜਿਹੇ ਬਿਹਾਰ ਮੈਂ ਡਰਾਈਵਰੀ ਕੀਤੀ ਮੈਂ ਬਿਹਾਰ 'ਚ ਵੀ ਇਹੋ ਜਿਹੇ ਹਾਲਾਤ ਨਹੀਂ ਵੇਖੇ ਜੋ ਅੱਜ ਪੰਜਾਬ ਦੇ ਬਟਾਲੇ ਦੇ ਹਾਲਾਤ ਹਾਲਾਤ ਬਟਾਲੇ ਦੇ ਵਧੀਆ ਨੇ। ਅੱਛਾ ਇੱਕ ਇੱਕ ਮਿੰਟ ਗਰੋਵਾਲ ਜੇ ਅਸੀਂ ਜੇਕਰ ਕਾਰਵਾਈ ਨਹੀਂ ਹੁੰਦੀ ਕਿੰਨੇ ਦਿਨ ਦਾ ਟਾਈਮ ਦਿੱਤਾ ਜੇ ਕਾਰਵਾਈ ਨਹੀਂ ਹੁੰਦੀ ਇਹੀ 10 ਦਿਨ ਦਾ ਟਾਈਮ ਦਿੱਤਾ ਜੀ ਇਸ ਤੋਂ ਪਹਿਲਾਂ ਵੀ 10 ਦਿਨ ਦਾ ਟਾਈਮ ਦਿੱਤਾ ਸੀ ਲੇਕਿਨ ਪੁਲਿਸ ਨੇ ਸਾਨੂੰ ਵਿਸ਼ਵਾਸ ਕਰਾਇਆ ਕਿ ਨਹੀਂ ਜੀ ਤੁਹਾਡੀ ਚੋਰੀ ਟਰੇਸ ਹੋ ਜਾਏਗੀ ਲੇਕਿਨ ਇਹ 40 ਦਿਨ ਹੋ ਗਏ ਧੱਕੇ ਖਾਂਦੇ ਸਾਨੂੰ ਹੁਣ ਸਾਡੀ ਗੱਲ ਸੁਣਨਾ ਛੱਡ ਗਏ ਸਾਨੂੰ ਮਤਲਬ ਦੇਖਦੇ ਵੀ ਨਹੀਂ ਪਏ ਤੇ ਜੇ ਇਸ ਸਿਸਟਮ ਦਾ ਕੋਈ ਸਾਡਾ 10 ਦਿਨ ਦੇ ਅੰਦਰ ਚੋਰੀ ਟਰੇਸ ਨਹੀਂ ਕੀਤੀ ਚੋਰੀ ਨਹੀਂ ਫੜੀ ਤੇ ਅਸੀਂ ਇੱਥੇ ਕਾਲੇ ਕੱਪੜੇ ਪਾ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਤਰਫਾਂ ਦੇ ਮੇਰਾ ਨਾਮ ਰਾਜਾ ਵਾਲੀਆ ਸੰਗਠਨ ਮੰਤਰੀ ਪੰਜਾਬ ਸ਼ਿਵ ਸੈਨਾ ਹਿੰਦੁਸਤਾਨ ਅੱਜ ਕਿਹਨੂੰ ਮਿਲ ਕੇ ਆਏ ਤੇ ਕਿਉਂ ਅਸੀਂ ਅੱਜ ਜਿਹੜਾ SSP ਬਟਾਲਾ ਕੋਲੋਂ ਟਾਈਮ ਲਿਆ ਸੀ ਸ਼ਾਇਦ ਉਹਨਾਂ ਨੂੰ ਕੁਝ ਮਤਲਬ ਤੇ ਕੋਈ ਪ੍ਰੋਗਰਾਮ ਵਗੈਰਾ ਉਹਨਾਂ ਦਾ ਨਿਕਲਾਇਆ ਉੱਥੇ ਚਲੇ ਗਏ ਇਸ ਕਰਕੇ ਸਾਨੂੰ DSP ਸਿਟੀ ਸਾਹਿਬ ਨੂੰ ਮਿਲਣਾ ਪਿਆ ਜਿਹੜਾ ਅਸੀਂ ਮਿਲਣ ਦਾ ਜਿਹੜਾ ਅੱਜ ਮਕਸਦ ਸੀ ਸਾਡਾ ਉਹ ਸ਼ਹਿਰ ਦੇ ਵਿੱਚ ਵੱਧ ਰਹੇ ਨਸ਼ੇ ਦਾ ਅਤੇ ਕ੍ਰਾਈਮ ਦਾ ਜਿਹੜਾ ਵਾ ਮੁੱਦਾ ਵਾ ਉਹਦੇ ਵਾਸਤੇ ਅਸੀਂ ਆ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਅੱਜ ਮਿਲਣ ਆਏ ਸੀ ਅਫਸਰਾਂ ਨੂੰ ਮੁੱਦਾ ਇਹ ਆ ਕਿ ਜੇ ਪਿੱਛੇ ਵੇਖੋ ਜਦੋਂ ਆਪਾਂ ਕਿ ਅਫਸਰ ਨੂੰ ਦੱਸਦੇ ਸੀ ਕਿ ਫਲਾਣਾ ਬੰਦਾ ਨਸ਼ਾ ਵੇਚਦਾ ਜਾਂ ਕੋਈ ਕ੍ਰਾਈਮ ਕਰਦਾ ਤੇ ਉਹ ਪੁਲਿਸ ਅਫਸਰ ਸਾਨੂੰ ਦੁਬਾਰਾ ਫੋਨ ਕਰਕੇ ਪੁੱਛਦਾ ਹੁੰਦਾ ਸੀ ਯਾਰ ਉਹ ਬੰਦੇ ਦਾ ਵੀ ਦੱਸਿਆ ਨਹੀਂ ਕਲੀਅਰ ਨਹੀਂ ਕੀਤਾ ਉਹਦੇ ਨੂੰ ਆਪਾਂ ਫੜਨਾ ਪਰ ਅੱਜ ਜਿਹੜਾ ਟਾਈਮ ਆ ਗਿਆ ਜਿਹਨੂੰ ਆਪਾਂ ਇਸ ਬਾਰੇ ਕਿ ਪੁਲਿਸ ਅਫਸਰ ਨੂੰ ਦੱਸਨੇ ਤੇ ਪੁਲਿਸ ਅਫਸਰ ਉਸ ਤੋਂ ਬਾਅਦ ਸਾਡਾ ਫੋਨ ਚੁੱਕਣਾ ਬੰਦ ਕਰ ਦਿੰਦਾ ਵੀ ਯਾਰ ਇਹਨਾਂ ਦੇ ਨਸ਼ੇ ਦੀ ਗੱਲ ਹੀ ਕਰਨੀ ਹੈ ਨਸ਼ੇ ਵਾਲਿਆਂ ਦੇ ਖਿਲਾਫ ਹੀ ਇਹਨਾਂ ਗੱਲ ਕਰਨੀ ਇਹਨਾਂ ਨੂੰ ਰਹਿਣ ਹੀ ਦਿਓ ਕਿਉਂਕਿ ਮੈਂ ਇੱਕ ਪਿੱਛੇ ਜੇ ਕਈ ਅਫਸਰ ਨੂੰ ਸਾਰੀ ਇੱਕ ਇਨਫੋਰਮੇਸ਼ਨ ਸਾਰਾ ਕੁਝ ਦਿੱਤਾ ਉਹਦਾ ਮੇਰੇ ਕੋਲ ਰਿਕਾਰਡ ਵੀ ਆ ਪਰ ਉਸ ਤੋਂ ਬਾਅਦ ਵੀ ਉਸ ਅਫਸਰ ਨੇ ਜਿਹੜਾ ਵਾ ਕੋਈ ਕਾਰਵਾਈ ਨਾ ਕਰਨੇ ਇੱਕ ਮਹੀਨੇ ਬਾਅਦ ਉਹਨੇ ਸਾਨੂੰ ਜਵਾਬ ਦੇ ਦਿੱਤਾ ਵੀ ਤੁਸੀਂ ਇੰਜ ਕਰੋ ਜੀ ਫਲਾਣੇ DSP ਨੂੰ ਮਿਲ ਲਓ ਮੈਂ ਪੁੱਛਣਾ ਚਾਹੁੰਦਾ ਵੀ ਜੇ ਤੁਸੀਂ ਨਹੀਂ ਸੀ ਫੜਨਾ ਨਸ਼ੇ ਵਾਲਿਆਂ ਤੇ ਇੱਕ ਮਹੀਨਾ ਸਾਡਾ ਕਿਉਂ ਖਰਾਬ ਕੀਤਾ ਗਿਆ ਦੂਜੀ ਗੱਲ ਇਹ ਵਾ ਜਿਹੜੇ ਸਾਡੇ ਵਰਕਰ ਨੇ ਆਪਣੇ ਭਾਜੀ ਇਹਨਾਂ ਦੇ ਚੋਰੀ ਹੋਈ ਅੱਜ 40 ਦਿਨ ਹੋ ਗਏ ਆ ਵਾਰ-ਵਾਰ ਅਸੀਂ ਇਸ ਦਫ਼ਤਰਾਂ ਦੇ ਚੱਕਰ ਲਾਣ ਡਏ ਵੇਖੋ ਅੱਜ ਇਹ ਟਾਈਮ ਆ ਗਿਆ ਕਿ ਚੋਰ ਤੇ ਨੇ ਚੋਰ ਆਪਣੇ ਘਰ ਸੇਫ ਹੋ ਕੇ ਚੋਰੀ ਕਰਕੇ ਬੈਠਾ ਤੇ ਆਮ ਬੰਦਾ ਜਿਹੜਾ ਵਾ ਉਹ ਪੁਲਿਸ ਪ੍ਰਸ਼ਾਸਨ ਦੇ ਧੱਕੇ ਖਾਂ ਡਿਆ ਕਹਿ ਰਹੇ ਹੋ ਕਿ 10-10 ਸਾਲ ਦੇ ਬੱਚੇ ਜਿਹੜੇ ਆ ਨਸ਼ਾ ਵੇਚਦੇ ਪਏ ਜਾਂ ਕਰਦੇ ਪਏ
ਤੁਹਾਡੇ ਕੋਲ ਕੀ ਪ੍ਰੂਫ ਹੈ ਜਾਂ ਕਿਹੜੀ ਐਸੀ ਚੀਜ਼ ਹੈ ਜਿਹੜਾ ਤੁਹਾਨੂੰ ਤੁਹਾਡੇ ਕੋਲ ਪੈਰਾਮੀਟਰ ਹੈਗਾ ਪੁਲਿਸ ਕੋਲ ਨਹੀਂ ਹੈਗਾ? ਨਹੀਂ ਅਸੀਂ ਉਹਨਾਂ ਨੂੰ ਮੂਵੀਆਂ ਬਣਾ ਕੇ ਦਿੱਤੀਆਂ ਵਾ, ਫੜਾਏ ਬੰਦੇ ਜੇ ਮਤਲਬ ਪੈਰਾਮੀਟਰ ਹੋਰ ਕਿੱਦਾਂ ਕੀ ਮਤਲਬ ਕੀ ਆਪਾਂ ਉਹਨਾਂ ਦਾ ਮਤਲਬ ਉਹਨਾਂ ਦਾ ਆਪਾਂ ਡੋਪ ਟੈਸਟ ਕਰਾ ਕੇ ਲਿਆਈਏ? ਤੁਸੀਂ ਜਿੱਦਾਂ ਮੈਨੂੰ ਕਹਿ ਰਹੇ ਤੁਸੀਂ ਪੱਤਰਕਾਰ ਵੀਰ ਹੋ ਮੇਰੇ, ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਨਸ਼ਾ ਨਹੀਂ ਹੈ? ਬਿਲਕੁਲ ਦਿੱਤਾ, ਸਾਰਾ ਕੁਝ ਦੇਣ ਡੇ ਆ। ਪੁਲਿਸ ਬਸ ਆਸ਼ਵਾਸਨ ਦਿੰਦੀ ਹੈ ਜੀ ਕੋਈ ਨੀ ਕਰ ਰਹੇ ਹਾਂ, ਹੋ ਜਾਏਗਾ ਜੀ। ਅੱਜ ਆਸ਼ਵਾਸਨ ਇਹੋ ਹੀ ਹੈ ਕਿ ਜਿਹੜਾ ਵਾ ਕੋਈ ਗੱਲ ਨੀ, ਤੁਸੀਂ ਦੱਸੋ ਜੀ ਅਸੀਂ ਫਿਰ ਫੜ ਲੈਂਦੇ ਹਾਂ। ਅਸੀਂ ਅੱਜ ਫਿਰ ਆਸ਼ਵਾਸਨ ਦੇ ਸੰਤੁਸ਼ਟ ਤਾਂ ਹੋਵਾਂਗੇ ਨਾ ਜਿੱਦਾਂ ਨਸ਼ੇ ਵਾਲੇ ਫੜੇ ਜਾਣਗੇ। ਉਹ ਦੱਸ ਰਹੇ ਵੀ ਕੋਈ ਜਿਹੜਾ ਆਪਣੇ ਸ਼ਹਿਰ 'ਚ ਨਸ਼ਾ ਵਾ ਜਾਂ ਕਿਤੇ ਚੋਰੀ ਵਗੈਰਾ ਹੋਈ ਆ, ਉਹ ਟਰੇਸ ਨਹੀਂ ਉੱਤੇ ਉਸ ਬੰਨ 'ਚ ਆਏ। ਜਿੱਥੇ ਵੀ ਨਸ਼ਾ ਵਿਕਦਾ ਵਾ ਮੈਂ ਕਿਹਾ ਦਿਓ ਲਿਸਟ ਦਿਓ ਸਾਨੂੰ, ਨਾ ਤੁਹਾਨੂੰ ਲੱਗਦਾ ਸੀ ਤੁਹਾਡੇ ਨਾਲ ਜਾਣ ਨੂੰ ਤਿਆਰ ਆ, ਪਰਚੇ ਹੋ ਰਹੇ ਦੱਡੇ ਹੋ ਰਹੇ ਆ, ਠੀਕ ਹੈ ਜਿਹਨੂੰ ਲੱਗਦਾ ਮੈਂ ਨਾਲ ਡਿਆ ਸੀ ਨਸ਼ਾ ਫੜ ਰਹੇ। ਕੋਈ ਐਸੀ ਨਹੀਂ ਗੱਲ ਵੀ ਮੈਨੂੰ ਦੇਣੀ ਦੱਸਣਾ, ਮੈਂ ਨਹੀਂ ਸੁਣਦਾ ਜਾਂ SHO ਸਾਨੂੰ ਸੁਣਦੇ, ਹਰ ਇੱਕ ਪੁਲਿਸ ਦਾ ਜਵਾਨ ਤਿਆਰ ਹੈ ਨਸ਼ਾ ਬੰਦ ਕਰਾਉਣ ਵਾਸਤੇ। ਕੋਈ 10 ਦਿਨ ਦਾ ਟਾਈਮ ਨਹੀਂ ਮਿਲਿਆ।